इंतकाल ਸੀਗਾ ਇਹਨਾਂ ਨੇ ਇੰਤਕਾਲ ਕੀਤਾ ਸੀ ਉਹਦੇ ਪੈਸੇ ਲੈ ਰਹੇ ਸੀ ਕਿੰਨੇ ਪੈਸੇ ਲੈ ਰਹੇ ਸੀ ਕਿਹਾ ਗਿਆ ਵੀ ਕਹਿੰਦੇ ਘਰੋਂ ਲੈ ਕੇ ਆਉਂ ਚਾ ਕੇ ਇਹ ਸੁੱਟੀ ਤੇ ਸੌਰੀ ਹਾਂਜੀ ਸਰ ਕਿੰਨੇ ਪੈਸੇ ਲੈ ਰਹੇ ਸੀ 2500 ਰੁਪਏ ਸਰ ਇਹ ਸੁੱਟੀ ਤੇ ਕੌਣ ਜਿਹਨਾਂ ਕਿਹਨਾਂ ਨੂੰ ਸਰ ਮੌਕੇ ਤੇ ਮੌਜੂਦ ਸੀਗੇ ਡਿਪਟੀ ਸਾਹਿਬ ਨੂੰ ਪੁੱਛਿਆ ਸਰ ਸਰ ਜਵਾਬ ਦਿੱਤਾ ਤੁਸੀਂ ਉਹ ਸਰ ਉਹਨੇ ਲੈ ਕੇ ਜਾ ਰਹੇ ਹੋ ਸਰ ਇਹਨਾਂ ਨੂੰ ਤੁਸੀਂ ਹਾਂਜੀ ਸਰ ਕਿਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਕਾਬੂ ਕਿਹਨਾਂ ਨੂੰ ਤੇ ਮੌਜੂਦ ਸੀਗੇ अपने पटवारी साहब नूं मैं फाइल दित्ती इन्हां ने मैनूं फीस दी मंग कीती मैं पुछ लिया भी किन्नी फीस है जी तां इन्हां ने मैनूं 3000 रुपया फीस कहा जी ਤੇ ਮੈਂ ਇਹਨਾਂ ਨੂੰ ਬਹੁਤ ਮਿੰਤਾ ਤਰਲੇ ਵੀ ਕਰੀਆਂ ਵੀ ਮੈਂ ਗਰੀਬ ਆਦਮੀ ਆ ਵੀ ਮੈਂ ਨਹੀਂ ਦੇ ਸਕਦਾ ਵੀ ਤੁਸੀਂ ਘੱਟ ਕਰ ਲਓ ਪਰ ਇਹਨਾਂ ਨੇ 500 ਰੁਪਿਆ ਘੱਟ ਕਰਿਆ ਜੀ 2500 ਰੁਪਿਆ ਕਹਿੰਦਾ ਦੇਣਾ ਪਊਗਾ ਤੁਹਾਨੂੰ ਵੀ ਇਹ ਤਾਂ ਸਾਨੂੰ ਉੱਪਰ ਤੱਕ ਦੇਣੇ ਪੈਂਦੇ ਨੇ ਤੇ ਉਹੀ 2500 ਰੁਪਿਆ ਫਿਰ ਮੈਂ ਅੱਜ ਇਹਨਾਂ ਨੂੰ ਸਵੇਰੇ ਦਿੱਤਾ ਆ ਜਿਹੜੇ ਅੰਦਰ ਬੈਠੇ ਨੇ ਜੀ ਉਹਨਾਂ ਦਾ ਨਾਮ ਪਤਾ ਕਰੀਏ ਕਿੰਨੀ ਹੈ ਇੰਤਕਾਲ ਦੀ ਸਰਕਾਰੀ ਫੀਸ 500 ਰੁਪਿਆ ਜੀ ਸਾਰੀ ਹੁਣ ਫਿਰ ਕੀ ਕਾਰਵਾਈ ਕੀਤੀ ਕੁਝ ਕਾਰਵਾਈ ਤਾਂ ਹੁਣ ਅੰਦਰ ਬੈਠੇ ਨੇ ਅਫਸਰ ਇਹ ਕਰਨਗੇ ਜੀ ਤੁਹਾਡੇ ਤੋਂ ਡਿਮਾਂਡ ਕੀਤੀ ਤੁਸੀਂ ਕਿਹਾ ਵੀ ਮੈਂ ਗਰੀਬ ਬੰਦਾ ਮੇ ਤੋਂ ਨਹੀਂ ਦਿੱਤਾ ਫਿਰ ਤੁਸੀਂ ਅਗਲਾ ਕੀ ਮਤਲਬ ਕਿਵੇਂ ਪਹੁੰਚ ਕੀਤੀ ਤੁਸੀਂ ਅੱਗੇ ਪਹੁੰਚ ਤਾਂ ਦੇਖੋ ਜੀ ਸਾਡਾ ਅੰਕਲ ਨੇ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਆਪਾਂ ਵੀ ਐਂ ਪੈਸਾ ਨਹੀਂ ਦੇ ਸਕਦੇ ਫਿਰ ਅਸੀਂ ਵਿਜੀਲੈਂਸ ਲੱਭੇ ਪਹੁੰਚੇ ਜੀ ਸੰਗਰੂਰ ਉਹਨਾਂ ਨੂੰ ਸਾਰੀ ਗੱਲ ਦੱਸੀ ਫਿਰ ਉਹਨਾਂ ਨੇ ਆਪਣਾ ਬੰਦਾ ਭੇਜਿਆ ਪਹਿਲਾਂ ਇੱਕ ਦਿਨ ਪਹਿਲਾਂ ਮੈਂ ਇਹਨਾਂ ਦੀ ਰਿਕਾਰਡਿੰਗ ਲੈ ਕੇ ਗਿਆ ਜੀ ਇੱਥੋਂ ਸਾਰਾ ਰਿਕਾਰਡ ਕਰਿਆ ਜੋ ਵੀ ਇਹਨਾਂ ਨੇ ਮੰਗੇ ਨੇ ਮੇਰੇ ਤੋਂ ਪੈਸੇ ਵੀ ਮੰਗੇ ਨੇ ਜੋ ਵੀ ਗੱਲ ਹੋਈ ਆ ਸਾਰਾ ਰਿਕਾਰਡ ਦਿੱਤਾ ਜੀ ਇਹਨਾਂ ਨੂੰ ਠੀਕ ਹੈ ਉਹ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਮੇਰੇ ਲਈ ਤਾਂ ਨਹੀਂ ਹੈਗੀ ਜੀ ਇਹਨਾਂ ਲਈ ਵਿਜੀਲੈਂਸ ਵਾਲਿਆਂ ਲਈ ਹੈਗੀ ਹਾਂ